ਇਹ ਜਿਹੜੀ ਹੈ ਨਾ ਅੰਮਾ ਹਲੀਮਾ, ਇਹਦੇ ਆਪਣੇ ਬੱਚੇ ਵੀ, ਇਹਦੀ ਧੀ ਦਾ ਨਾਂ ਹੈ ਸ਼ੀਮਾ, ਅੰਮਾ ਸ਼ੀਮਾ, ਹਲੀਮਾ ਸ਼ੀਮਾ, ਨਾਂ ਰਲਦਾ ਮਿਲਦਾ ਜੇ ਤੇ ਉਹ ਬੇਟੀ ਹੈ। ਤੋ ਜੋ ਹੋਏ ਤੇ ਮੈਂ ਆਖਰੀ ਐਵੇਂ ਪੰਜਾ ਛਿਆ ਲਿਖਣਾ, ਇੱਕ ਦੋ ਤਿੰਨ ਚਾਰ ਪੰਜ, ਜਦੋਂ ਮੈਂ ਆਖਣਾ ਪੰਜ ਤੇ ਫਿਰ ਪੰਜ ਦਾ ਮਤਲਬ ਪੰਜ, ਕੌਣ ਜਾਵੇ ਪੰਜ ਤੱਕ। ਮੈਂ ਜੀ ਅੱਜ ਅੰਮਾ ਸ਼ੀਮਾ ਦੀ ਗੱਲ ਕਰਦਾ, ਅੱਗੇ ਮੈਂ ਗੱਲ ਕਰ ਤਾਇਫ ਦੀ ਵਾਦੀ ਚ ਇਹਨਾਂ ਦਾ ਘਰ ਹੈ, ਮੱਕੇ ਤੋਂ ਕਦੇ ਕਦੇ ਬੰਦਾ ਜਾਵੇ ਹਾਜੀ ਸਾਹਿਬਾਂ ਤੇ ਐਵੇਂ ਓਵਰ ਹੋ ਜਾਵੇ ਬੰਦਾ, ਇੱਕ ਵਿਜ਼ਿਟ ਵੀਜ਼ਾ ਬੰਦਾ ਚਲਾ ਜਾਵੇ ਚਲਾ ਜਾਵੇ, ਆਪ ਹਾਜੀ ਨੂੰ ਜਾਵਣ ਨਹੀਂ ਦਿੰਦੇ। ਅੱਗੇ ਵੀ ਇਹ ਰਿਵਾਜ ਹੋਰ, ਹੁਣ ਵੀਜ਼ਾ ਖੁੱਲ੍ਹਾ ਬਣਦਾ, ਬੰਦਾ ਮੱਕਾ ਮਦੀਨਾ ਤੋਂ ਇਲਾਵਾ ਕਿਸੇ ਸ਼ਹਿਰ ਜਾਣਾ ਚਾਹੇ ਤਾਂ ਵਿਜ਼ਿਟ ਵੀਜ਼ਾ ਜਾ ਸਕਦਾ। ਆ ਗਈ ਸਮਝ? ਹੁਣ ਜਿਹੜੀ ਇਹਨਾਂ ਅੰਮਾ ਸ਼ੀਮਾ ਦੀ ਚਾਚੀ, ਉਸ ਆਖਿਆ ਅੰਮਾ ਸ਼ੀਮਾ ਨੂੰ ਵੀ ਗੱਲ ਸੁਣ ਮੇਰੀ, ਇੱਥੇ ਆਇਆ ਨਬੀ ਦੇ ਸਾਹਬੀ, ਇੱਥੇ ਹੋਈ ਜੰਗ, ਅਤੈਫ ਦੇ ਸਾਡੇ ਖਣੇ ਮਰਦਾਂ ਨੂੰ ਕੈਦ ਕਰਕੇ ਉਹ ਲੈਣ ਲੈ ਗਏ, ਅਤੇ ਹੁਣ ਇਹ ਦੱਸ ਵੀ ਜਿਹੜਾ ਮੁਹੰਮਦ ਪਾਕ ਹੈ ਨਾ ਉਹ ਤੁਹਾਡੇ ਘਰ ਟੀਕਾ ਆਉਂਦਾ ਖੇਡਦਾ ਰਿਹਾ, ਅਤੇ ਤੂੰ ਉਹਨੂੰ ਖਿੜੇ ਨਹੀਂ ਰਹੀ ਹੈ, ਹੁਣ ਉਹ ਵੱਡੀ ਉਮਰ ਦੇ ਹੋ ਗਏ, ਇੱਥੇ ਜੰਗ ਹੋਈ ਅਤੇ ਸਾਡੇ ਬੰਦੇ ਗ੍ਰਿਫਤਾਰ ਕਰਕੇ ਉਹ ਲੈ ਗਏ, ਅਤੇ ਕਿਵੇਂ ਸਿਫਾਰਿਸ਼ ਨਹੀਂ ਕਰਨੀ, ਮੇਰਾ ਸਾਈਂ ਤਾਂ ਛੱਡ ਦੇਣਾ। ਸੁਭਾਨ ਅੱਲਾਹ, ਥੋੜ੍ਹੀ ਮੈਂ ਮਕਸਦ ਇਮਾਮ ਤਾਜ਼ਾ ਕਰਵਾਉਣ ਦਾ, ਥੋੜ੍ਹੀ ਕਿਨਾਤਾ ਹੀ ਪੜ੍ਹਨੀ ਹੁੰਦੀ, ਕਿਸੇ ਟਾਈਮ ਸ਼ੇਰ ਕਿਸੇ ਟਾਈਮ ਗੱਲ ਸਮਝ ਆ ਜਾਵੇ, ਚਲੋ ਕਿਸੇ ਤੇ ਇਮਾਮ ਤਾਜ਼ਾ ਹੋਵੇ, ਅਤੇ ਮੇਰੇ ਸਾਈਂ ਚਲੋ ਬਾਕੀ ਨਾ ਛੁੱਟਾ, ਮੇਰੇ ਸਾਈਂ ਦੀ ਸਿਫਾਰਿਸ਼ ਕਰ ਚਾ ਤੇਰਾ ਤੁਹਾਡਾ ਮੁਹੰਮਦ ਰਾਜ ਕਰ ਲੈ, ਕੁਛ ਬੰਦਾ ਤੁਹਾਡੇ ਖੇਡੇ ਘਰ ਖੇਡਦੇ ਜੁੜੇ, ਅਤੇ ਮਿਹਰਬਾਨੀ ਕਰ ਮੇਰੇ ਨਾਲ ਚੱਲ ਸਿਫਾਰਿਸ਼ ਕਰ। ਉਹਨੇ ਆਖਿਆ ਚਾਚੀ ਹੈ ਤਾਂ ਗੱਲ ਤੇਰੀ ਠੀਕ, ਪਰ ਹੁਣ ਉਹ ਗੱਲ ਨਹੀਂ ਰਹੀ, ਤੇ ਪਤਾ ਨਹੀਂ ਸਾਡੀ ਗੱਲ ਨਹੀਂ ਮਨ ਸਹੀ ਬੰਦਾ ਸੁਣ 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 ਸ਼ਾਇਦ ਨਾ ਮੰਨਣ, ਪਰ ਚੱਲਣੀ ਹੈ ਤੇਰੇ ਨਾਲ ਆਏ। ਅਤੇ ਅੰਮਾ ਸ਼ੀਮਾ ਜਦੋਂ ਮਸਜਿਦ ਨਬੀ 'ਚ ਗਈਆਂ ਅਤੇ ਬਿਲਾਲ ਨੇ ਰੋਕਿਆ, ਕਿਉਂਕਿ ਆਪ ਦਰਬਾਨ ਹੀ ਮੁਸਤਫਾ ਹਨ, ਆਪਨੇ ਕਿਹਾ ਅੰਮਾ ਸ਼ੀਮਾ ਨੇ ਵੀ ਜਾ ਸਾਡਾ ਨਾਂ ਤਾਰਾ ਦੱਸੀ ਵੀ ਮੈਂ ਤੈਫ ਅੰਮਾ ਹਲੀਮਾ ਦੀ ਬੇਟੀ ਆਈ ਹਾਂ, ਤੁਹਾਨੂੰ ਮਿਲਣਾ ਚਾਹੀਦਾ। ਸਰਕਾਰ ਬਾਹਰ ਨਿਕਲੇ ਤੇ ਸਰਕਾਰ ਨਾਲ ਦੀ ਜਿਹੜੀ ਚਾਚੀ ਉਸ ਹੈ ਸ਼ੀਮਾ, ਤੋਂ ਤਾਂ ਛੋਟੇ ਹਨ, ਤੈਨੂੰ ਕੀ ਪਤਾ ਲੱਗ ਸੀ ਹੁਣ ਮੁਹੰਮਦ ਨਾਲ ਕਿਹੜਾ ਹੈ, ਜਦੋਂ ਤੇਰੀ ਜਿੱਥੇ ਤੂੰ ਖੇਡਿਆ ਉਦੋਂ ਛੋਟੇ ਹੋ ਗਿਆ। ਉਹਨੇ ਆਖਿਆ ਉਹ ਸਾਹਮਣੇ ਮੁਸਤਫਾ ਖੜੇ, ਉਹਨੇ ਕਿਹਾ ਤੈਨੂੰ ਕਿਵੇਂ ਪਤਾ ਲੱਗਿਆ, ਉਸ ਕਿ ਬਾਕੀ ਸਭ ਜਿਹੜੇ ਨਾ ਉਹ ਉਹਨਾਂ ਦੇ ਸਾਥੀ ਜਿਹੜੇ ਸਾਹਬਾ ਗੁਲਾਮ ਖੜੇ ਨਾ, ਕਿਸੇ ਤੇ ਪੱਤਰ ਨੇ ਸਾਇਆ ਨੇ ਕੀਤਾ ਉਹਨਾਂ ਨੇ ਕੀਤਾ ਹੋਇਆ, ਤੇ ਉਹ ਜਾ ਕੇ ਮਿਲੀਆਂ ਨਬੀ ਪਾਕ ਨੇ ਆਪਣੇ ਕੰਬਲ ਨੂੰ, ਜਿਹੜੀ ਉਹ ਕੰਬਲ ਚਾਦਰ ਯਾ ਉਹ ਪੈਰਾਂ 'ਚ ਵਿਛਾ ਕੇ ਆਖਿਆ ਇੱਥੇ ਮੇਰੀ ਭੈਣ ਬਹੁ, ਹੁਣ ਦੱਸ ਕਿਵੇਂ ਆਈ।